ਜਿੱਤਾ ਜੀ ਕਿਉਂ ਕੱਟ ਸਾਡਾ ਮਾਰਦੇ ਰਹੋ ਕੱਟ ਇਹ ਗੱਲ ਦੀ ਗਵਾਹੀ ਭਰਦਾ ਵੀ ਲੱਖਾ ਸਿੰਘ ਸਰਪੰਚ ਬਣ ਗਏ ਬਹੁਤ ਖੁਸ਼ੀ ਹੋਈ ਅੱਜ ਸਾਡੇ ਨਿੱਕੇ ਜਿਹੇ ਸੱਦੇ ਦੇ ਪਿੰਡ ਵੱਲੋਂ ਇੰਨਾ ਇਕੱਠ ਦੇ ਰੂਪ ਵਿੱਚ ਕਰਿਆ ਗਿਆ ਤੇ ਇਹ ਸਾਰੇ ਸਾਡੇ ਲੋਕਾਂ ਬੋਲੀ ਇਹ ਸਹਿਯੋਗ ਮਿਲਿਆ ਨਾ ਕਿ ਮੇਰੇ ਆਪਣੇ ਵੱਲੋਂ ਕੁਛ ਕਰਿਆ ਗਿਆ ਲੋਕਾਂ ਦਾ ਪਿਆਰ ਹੈ ਜੀ ਆਪਣੇ ਨਾਲ ਜੋ 5 ਸਾਲਾਂ ਤੋਂ ਪਿਛਲੇ ਤੋਂ ਬਣੇ ਆ ਰਿਹਾ ਜੋ ਆਪਾਂ ਨੇ ਲੋਕਾਂ ਦੇ ਕੰਮ ਕੀਤੇ ਨੇ ਅੱਗੇ ਨਾਲੋਂ ਲੋਕਾਂ ਨੇ ਵਾਅਦਾ ਕਰ ਰਿਹਾ ਜੋ ਵੀ ਕੰਮ ਕਰਾਂਗੇ ਉਹਨਾਂ ਦੇ ਕਿਸੇ ਵੀ ਕੰਮ 'ਚ ਕੋਈ ਕਸਰ ਨਹੀਂ ਛੱਡਾਂਗੇ ਕੰਮ ਪੂਰਾ ਕਰਨਗੇ ਅਸੀਂ ਜੀ ਕੋਈ ਗੱਲ ਨੀ ਹੈਗੀ ਪੂਰੀ ਸਹਿਯੋਗ ਦੇਵਾਂਗੇ ਨਾਲ ਹਾਂ ਪੱਕੀ ਆ ਜਿੱਤ ਦੀ ਜਮੇ ਲਖਵਿੰਦਰ ਸਿੰਘ ਆਉਣ ਵਾਲਾ ਹਾਂ ਸਰਪੰਚ ਪੰਜਾਬ ਭਰ ਦੇ ਵਿੱਚ ਸਰਪੰਚੀ ਦਾ ਵਿਗਲ ਵੱਜ ਚੁੱਕਿਆ ਤੇ ਪਿੰਡਾਂ ਦੇ ਵਿੱਚ ਮੁੜ ਤੋਂ ਜਿਹੜੀਆਂ ਰੌਣਕਾਂ ਨੇ ਤਾਂ ਉਹ ਵੀ ਲੱਗਣੀਆਂ ਸ਼ੁਰੂ ਹੋ ਗਈਆਂ ਨੇ ਤਾਂ ਮੈਂ ਪਿੰਡ ਫੱਗੂਵਾਲਾ ਦੇ ਵਿੱਚ ਮੌਜੂਦ ਆ ਤਾਂ ਇੱਕ ਵੱਡਾ ਇਕੱਠ ਦੇ ਰੂਪ ਦੇ ਵਿੱਚ ਜਿਹੜਾ ਅੱਜ ਅਖੀਰਲਾ ਦਿਨ ਹੈ ਤਾਂ ਨਾਮਜ਼ਦਗੀ ਪੱਤਰ ਨੇ ਦੇਣੇ ਤਾਂ ਉਹ ਦਾਖਲ ਕੀਤੇ ਜਾਣਾ ਮੇਰੇ ਨਾਲ ਪਿੰਡ ਵਾਸੀ ਮੌਜੂਦ ਨੇ ਇਕੱਠ ਤੋਂ ਪਤਾ ਲੱਗ ਜਾਂਦਾ ਕਿ ਉਹਨਾਂ ਨੇ ਪਹਿਲੇ 5 ਸਾਲ ਬਹੁਤ ਸੇਵਾ ਕੀਤੀ ਹੈ ਨਗਰ ਦੀ ਹੁਣ ਵੀ ਬਹੁਤ ਸੁਚੇਗੇ ਢੰਗ ਨਾਲ ਸਾਰੇ ਨਗਰ ਦੀ ਸੇਵਾ ਕਰਨ ਵਿੱਚ ਯੋਗਦਾਨ ਪਾਉਣਗੇ ਸਾਨੂੰ ਵਿਸ਼ਵਾਸ ਹੈ ਚੀਜ਼ ਦਾ ਕਿ ਸਾਡਾ ਮੂਹਰਾ ਸਾਧ ਸੰਗਤ ਦਾ ਸਾਥ ਦੇਣਗੇ ਇਹ ਬੇਨਤੀਆਂ ਨੇ ਤਸਵੀਰ ਦੇਖ ਸਕਦੇ ਹੋ ਇੱਕ ਵੱਡਾ ਇਕੱਠ ਮੇਰੇ ਨਾਲ ਲਖਵਿੰਦਰ ਸਿੰਘ ਮੌਜੂਦ ਨੇ ਲਖਵਿੰਦਰ ਜੀ ਪਿੰਡ ਦਾ ਸਾਥ ਇੰਨਾ ਮਿਲ ਰਿਹਾ ਕੀ ਕਹਿਣਾ ਬਹੁਤ ਖੁਸ਼ੀ ਹੋਈ ਅੱਜ ਸਾਡੇ ਨਿੱਕੇ ਜਿਹੇ ਸੱਦੇ ਦੇ ਪਿੰਡ ਵੱਲੋਂ ਇੰਨਾ ਇਕੱਠ ਦੇ ਰੂਪ ਵਿੱਚ ਕਰਿਆ ਗਿਆ ਤੇ ਸਾਰੇ ਸਾਡੇ ਲੋਕਾਂ ਬੋਲੀ ਇਹ ਸਹਿਯੋਗ ਮਿਲਿਆ ਨਾ ਕਿ ਮੇਰੇ ਆਪਣੇ ਵੱਲੋਂ ਕੁਛ ਕਰਿਆ ਗਿਆ ਪੰਜਾਬ ਦੀ ਧਰਤੀ ਹੈ ਤਾਂ ਗੁਰੂ ਮਹਾਰਾਜ ਦਾ ਓਟ ਆਸਰਾ ਲਿਆ ਜਾਂਦਾ ਸੁਣਿਆ ਜਾਂਦਾ ਸਰਪੰਚੀਆਂ 'ਚ ਦਾਰੂਆਂ ਚੱਲਦੀਆਂ ਨੇ ਮੀਟ ਚੱਲਦਾ ਪਰ ਅਸੀਂ ਦੇਖ ਰਹੇ ਹਾਂ ਪਹਿਲਾ ਦਿਨ ਹੈ ਗੁਰੂ ਮਹਾਰਾਜ ਦਾ ਓਟ ਆਸਰਾ ਇਹ ਸਭ ਕੁਝ ਲੋਕਾਂ ਦੀ ਹੋਇਆ ਜੀ ਲੋਕਾਂ ਨਾਲ ਹੀ ਖੜਿਆ ਕੋਈ ਚੱਕਰ ਨਹੀਂ ਲੋਕਾਂ ਦੀ ਪੂਰੀ ਸਪੋਰਟ ਪੂਰ ਫੁੱਲ ਸਪੋਰਟ ਹੈ ਜੀ ਲੋਕਾਂ ਦੀ ਉਹਨੇ ਪ੍ਰਧਾਨ ਜੀ ਕੀ ਕਹਿਣਾ ਚਾਹੁੰਦੇ ਬਾਈ ਜੱਤੂ ਆਪਣਾ ਆਪਣਾ ਭਰਾ ਹੈ ਕੰਮ ਬੋਲਦੇ ਨੇ ਪਹਿਲਾਂ ਜਿਵੇਂ ਪਹਿਲਾਂ ਅਸੀਂ ਵੀ ਸੁਣ ਰਹੇ ਸੀ ਵੀ ਪਹਿਲਾਂ ਮੈਂਬਰ ਰਹੇ ਨੇ ਤਾਂ ਪਿੰਡ 'ਚ ਕੰਮ ਕੀਤੇ ਨੇ ਤੁਸੀਂ ਕਹਿ ਵੀ ਜੇਕਰ ਕੰਮ ਹੋਏ ਨੇ ਤਾਂ ਮੇਰਾ ਤੁਹਾਨੂੰ ਪਤਾ ਜੇ ਮੈਂ ਕੰਮ ਕਰੇ ਨੇ ਤਾਂ ਹੀ ਲੋਕਾਂ ਨੇ ਮੈਨੂੰ ਅੱਗੇ ਸਰਪੰਚੀ ਵਾਸਤੇ ਪ੍ਰਮੋਟ ਕੀਤਾ ਤੇ ਲੋਕਾਂ ਦਾ ਫਤਵਾ ਸਿਰ ਮੱਥੇ ਮੰਨਾਂਗੇ ਤੇ ਇੱਕ ਤੋਂ ਬਾਅਦ ਚੜ੍ਹ ਕੇ ਕੰਮ ਕਰਾਂਗੇ ਤਾਂ ਜਿਹੜਾ ਹਜ਼ੂਮ ਵੀ ਬੋਲਦਾ ਤਾਂ ਲਖਵਿੰਦਰ ਸਿੰਘ ਲੱਖਾ ਦੇ ਹੱਥ ਦੇ ਵਿੱਚ ਜਿਹੜਾ ਅੱਜ ਨਾਮਜ਼ਦਗੀ ਪੱਤਰ ਦਾਖਲ ਕਰਵਾਉਣ ਜਾ ਰਹੇ ਨੇ ਇਸੇ ਪਿੰਡ ਤੋਂ ਹਾਂ ਬਾਈ ਇਸੇ ਪਿੰਡ ਲੱਗਦੇ ਇਸ ਵਾਰ ਇਹ ਸਾਡੇ ਭਤੀਜੇ ਨੇ ਲੱਗਦਾ ਕੰਮ ਕੀਤੇ ਆ ਕੰਮ ਪੂਰਾ ਕਰਨਗੇ ਅਸੀਂ ਜੀ ਕੋਈ ਗੱਲ ਨਹੀਂ ਹੈਗੀ ਪੂਰੀ ਸਹਿਯੋਗ ਦੇਵਾਂਗੇ ਨਾਲ ਹਾਂ ਪੱਕੀ ਆ ਜਿੱਤ ਦੀ ਜਮੇ ਲਖਵਿੰਦਰ ਸਿੰਘ ਆਉਣ ਵਾਲਾ ਸਰਪੰਚ ਹਾਂ ਆਉਣਾ ਸਰਪੰਚ ਆਉਣ ਵਾਲਾ ਸਰਪੰਚ ਲਖਵਿੰਦਰ ਸਿੰਘ ਹੋਵੇਗਾ ਤਾਂ ਜਿਹੜੇ ਨਾਰੇ ਵੀ ਜਿਹੜੇ ਲੱਗਦੇ ਨਜ਼ਰ ਆ ਰਹੇ ਤਾਂ ਲਖਵਿੰਦਰ ਸਿੰਘ ਲੱਖਾ ਦੇ ਹੱਕ ਦੇ ਵਿੱਚ ਜਿਹੜਾ ਅੱਜ ਵੱਡਾ ਇਕੱਠ ਕੀਤਾ ਗਿਆ ਤਾਂ ਅੱਜ ਅਖੀਰਲਾ ਦਿਨ ਹੈ ਨਾਮਜ਼ਦਗੀ ਪੱਤਰ ਦਾ ਤਾਂ ਜਿਹੜਾ ਉਹਦਾ ਇਕੱਠ ਹੈ ਬਾਈ ਜੀ ਕਿਵੇਂ ਦੇਖਦੇ ਹੋ ਲਖਵਿੰਦਰ ਜੀ ਲੱਖਾ ਦੇ ਇਕੱਠ ਦੇ ਵਿੱਚ ਭਾਰੀ ਇਕੱਠ ਤੇ ਨਾਮਜ਼ਦਗੀ ਵੀਰੇ ਅਸੀਂ ਬਹੁਤ ਵੱਡੇ ਨਾਲ ਫੱਗੂ ਵਾਲਾ ਜਿੱਤਾਂਗੇ ਅਸੀਂ ਸਟੇਜ ਤੇ ਸੁਣ ਰਹੇ ਸੀ ਵੀ ਕੰਮ ਕੀਤੇ ਹੋਏ ਬੋਲਦੇ ਨੇ ਉਹਨਾਂ ਕੰਮਾਂ ਦੀ ਵੋਟ ਪੈਣੀ ਕੰਮ ਵੀਰੇ ਇਹਨੇ ਲੱਖਾ ਜੋ ਆਪਣਾ ਮੈਂਬਰ ਰਿਹਾ 5 ਸਾਲ ਤਕਰੀਬਨ ਇਹ ਬਹੁਤ ਵਧੀਆ ਕੰਮ ਕਰਾਉਂਦਾ ਰਿਹਾ ਲੋਕਾਂ ਦੇ ਉਹਨੂੰ ਦੇਖਦੇ ਹੋਏ ਲੋਕ ਇਹਨੂੰ ਸਰਪੰਚ ਦੀ ਨਿਗਾਹ ਨਾਲ ਦੇਖਣਾ ਚਾਹੁੰਦੇ ਨੇ ਇੰਦਰ ਸਿੰਘ ਲੱਖਾ ਦੇ ਨਾਮਜ਼ਦਗੀ ਪੱਤਰ ਦੇ ਲਈ ਇੱਕ ਵੱਡੇ ਇਕੱਠ ਦੇ ਰੂਪ ਦੇ ਵਿੱਚ ਜਿਹੜਾ ਵੱਡਾ ਕਾਫੀ
ਤਾਂ ਲਖਵਿੰਦਰ ਸਿੰਘ ਲੱਖਾ ਜੀ ਨੇ ਜਿਹੜੇ ਤਾਂ ਅੱਗੇ ਬੈਠੇ ਨੇ, ਲੱਖਾ ਜੀ ਪੂਰੀ ਤਿਆਰੀ ਕਹਿ ਤਿਆਰੀ ਜੀ, ਫੁੱਲ ਤਿਆਰੀ ਆ, ਲੋਕਾਂ ਦਾ ਸਮਰਥਨ ਬਹੁਤ ਮਿਲ ਰਿਹਾ ਜੀ, ਬਾਕੀ ਪਰਮਾਤਮਾ ਨੂੰ ਪਤਾ ਜੋ ਫਤਵਾ ਦਿੰਦੇ ਨੇ ਜੀ। ਤਾਂ ਪਿੰਡ ਦੇ ਵਿੱਚ ਐਡਾ ਇਕੱਠ ਹੋਣਾ, MLA MP ਜਦਾ ਇਕੱਠ ਜ਼ਰੂਰ ਦੇਖਦਾ, ਪਰ ਸਰਪੰਚੀ ਦੇ ਲਈ ਵੀ ਇਹ ਲੋਕਾਂ ਦਾ ਪਿਆਰ ਆ ਜੀ ਆਪਣੇ ਨਾਲ, ਜੋ 5 ਸਾਲਾਂ ਤੋਂ ਪਿਛਲੇ ਤੋਂ ਬਣੇ ਆ ਰਿਹਾ, ਜੋ ਆਪਾਂ ਨੇ ਲੋਕਾਂ ਦੇ ਕੰਮ ਕੀਤੇ ਨੇ, ਅੱਗੇ ਨਾਲੋਂ ਲੋਕਾਂ ਨੇ ਵਾਅਦਾ ਕਰ ਰਿਹਾ ਜੋ ਵੀ ਕੰਮ ਕਰਾਂਗੇ ਉਹਨਾਂ ਦੇ ਕਿਸੇ ਵੀ ਕੰਮ 'ਚ ਕੋਈ ਕਸਰ ਨਹੀਂ ਛੱਡਾਂਗੇ। ਨਹੀਂ ਕਹਿ ਸਕਦੇ ਸੀ ਆਪ ਮੁਹਾਰੇ ਲੋਕ ਨੇ, ਇਹ ਆਪ ਮੁਹਾਰੇ ਲੋਕ ਨੇ ਸਾਰਾ ਜੋ ਵੀ ਕੰਮ ਕਾਰ ਕਰਿਆ, ਸਾਰੇ ਮੇਰੇ ਮਿੱਤਰ ਪਿਆਰਿਆਂ ਨੇ ਕਰਿਆ ਜੀ, ਆਪਣਾ ਇਹਦੇ ਵਿੱਚ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਜੀ। ਕੰਮ ਬੋਲਦੇ ਨੇ, ਕੰਮ ਬੋਲਦੇ ਆ, ਅਸੀਂ ਵੀ ਗੱਲਬਾਤ ਕੀਤੀ ਲੋਕਾਂ ਨਾਲ, ਲੱਖਾਂ ਲੱਖਾਂ ਹੋਈ। ਹਾਂ ਯਾਰ ਧੰਨਵਾਦ ਜੀ ਸਾਰਿਆਂ ਦਾ। ਨਾਮਜ਼ਦਗੀ ਪੱਤਰ ਜਿਹੜੇ ਦਾਖਲ ਕਰਵਾਉਣੇ ਨੇ, ਤਾਂ ਲਖਵਿੰਦਰ ਸਿੰਘ ਲੱਖਾ ਦੀ ਸਪੋਰਟ ਦੇ ਵਿੱਚ ਪੂਰੀ ਤਿਆਰੀ ਆ ਲੱਖਾ ਜੀ ਦੀ, ਫੁੱਲ ਤਿਆਰੀ ਆ ਬਾਈ ਜੀ, ਬਹੁਤ ਵੱਡਾ ਲੋਕਾਂ ਦਾ ਹਜੂਮ ਹਜੂਮ ਆ ਰਿਹਾ ਬਾਈ ਜੀ, ਮਗਰ ਨੇ ਮਾਰੋ ਕੈਮਰਾ ਪੱਕੀ ਜੀ ਇੱਥੇ ਪੱਕੀ ਦੇ ਦਾਅਵੇ ਨੇ ਜਿਹੜੇ, ਤਾਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਲਖਵਿੰਦਰ ਸਿੰਘ ਲੱਖਾ ਦੇ ਹੱਕ ਦੇ ਵਿੱਚ ਜਿਹੜਾ ਵੱਡੇ ਕਾਫਲੇ ਦੇ ਵਿੱਚ ਜਿਹੜਾ ਨਾਮਜ਼ਦਗੀ ਪੱਤਰ ਦਾਖਲ ਕਰਨਾ, ਤਾਂ ਅੱਜ ਅਖੀਰਲਾ ਦਿਨ ਵੀ ਹੈ, ਤਾਂ ਜਿਹੜਾ ਨਾਮਜ਼ਦਗੀ ਪੱਤਰ ਦਾ, ਤਾਂ ਲਖਵਿੰਦਰ ਸਿੰਘ ਲੱਖਾ ਦੀ ਨਜ਼ਰ ਆ ਰਹੀ ਤਸਵੀਰਾਂ ਦੇ ਵਿੱਚ, ਤਾਂ ਇਹ ਜਿਹੜਾ ਸਾਰਾ ਇਕੱਠ ਹੈ, ਤਾਂ ਪਿੰਡ ਫੱਗੂ ਵਾਲੇ ਦਾ ਜਿਹੜਾ ਦੱਸਿਆ ਜਾ ਰਿਹਾ ਨਜ਼ਰ ਆ ਰਿਹਾ, ਪ੍ਰਧਾਨ ਜੀ ਇਕੱਠ ਦੱਸਦਾ ਪੂਰਾ। ਹਾਂਜੀ ਹਾਂ, ਚੜ੍ਹ MLA MP ਦੀ ਚੋਣਾਂ ਚ ਤਾਂ ਜ਼ਰੂਰ ਕਾਫਲਾ ਦਿਸਦਾ, ਪਰ ਅੱਜ ਤਾਂ ਸਰਪੰਚੀ ਦੇ ਮੇਰੇ ਨਜ਼ਰ ਆਈ, ਚੜ੍ਹਦੀ ਗਲਾਈ ਜਮੀ, ਚੜ੍ਹਦੀ ਗਲਾ ਪੂਰੀ, ਇਹ ਇਕੱਠ ਫੱਗੂ ਦੀ ਜਿੱਤ ਤੈਅ ਕਰੂਗਾ, ਲਖਵਿੰਦਰ ਤੈਅ ਕਰੂਗਾ ਪੂਰੀ। ਹਾਂਜੀ ਹਾਂਜੀ, ਤਾਂ ਸਹੀ ਗੱਲ ਹੈ, ਬਹੁਤ ਵਧੀਆ ਗੱਲ ਕਹੀ ਹੈ ਕਿ ਜਿਹੜਾ ਇਹ ਕਾਫਲਾ, ਤਾਂ ਫੱਗੂ ਵਾਲਾ ਦੀ ਜਿੱਤ ਵੀ ਤੈਅ ਕਰੂਗਾ, ਤਾਂ ਅਸੀਂ ਕਹਿ ਸਕਦੇ ਹੌਟ ਸੀਟ ਵੀ ਮੰਨੀ ਜਾ ਸਕਦੀ ਹੈ ਜ਼ਿਲ੍ਹਾ ਸੰਗਰੂਰ ਦੇ ਭਵਾਨੀ ਕਰਦੀ ਦਾ, ਕਿਉਂਕਿ ਸਰਪੰਚੀ ਦਾ ਇਕੱਠ ਹੈ ਜਿਹੜਾ ਨਜ਼ਰ ਆ ਰਿਹਾ, ਤਾਂ ਇਹ ਕੋਈ MP ਜਾਂ MLA ਦਾ ਇਕੱਠ ਨਹੀਂ, ਤਾਂ ਜਿਹੜੀਆਂ ਤਕਰੀਬਨ ਅਸੀਂ ਕਹਿ ਸਕਦੇ ਹਾਂ ਵੱਡੀ ਗਿਣਤੀ ਦੇ ਵਿੱਚ ਰੂਪ ਦੇਖ ਸਕਦੇ ਤੁਸੀਂ, ਤਾਂ ਜਿਹੜਾ ਗੱਡੀਆਂ ਨੇ, ਤਾਂ ਇਹ ਸਰਪੰਚੀ ਦੇ ਕਾਫਲੇ ਦੀਆਂ ਨੇ, ਤਾਂ ਜਿਹੜਾ ਨਾਮਜ਼ਦਗੀ ਪੱਤਰ ਦਾਖਲ, ਪੂਰੀ ਜਿੱਤ ਪੱਕੀ ਲੱਖੇ ਬਾਈ ਬਾਈ, ਪੱਕੀ ਲੱਖਾ ਪੱਕਾ ਜਿੱਤੂਗਾ, ਸਾਡੀ ਫੁੱਲ ਸਪੋਰਟ ਆ ਫੁੱਲ, ਸੀਟ ਵੀ ਅਸੀਂ ਕਹਿ ਸਕਦੇ ਹਾਂ ਜ਼ਿਲ੍ਹਾ ਸੰਗਰੂਰ ਦੇ ਭਵਾਨੀਗੜ੍ਹ ਦੀ ਮੰਨੀ ਜਾਊਗੀ ਫੱਗੂ ਵਾਲਾ ਸੀਟ ਹੈ, ਤਾਂ ਹੋਰ ਸੀਟ ਵੀ ਕਹਿ ਸਕਦਾ, ਤਾਂ ਜਿਹੜਾ ਇਹ ਕਾਫਲਾ ਅੱਜ ਨਜ਼ਰ ਆ ਰਿਹਾ, ਜਿੱਤ ਪੱਕੀ ਹੈ ਤੇ ਐਲਾਨ ਹੋਣਾ ਬਾਕੀ ਹੈ, ਪਰ ਇਹ ਤਾਂ ਸਮਾਂ ਦੱਸੇਗਾ, 15 ਤਰੀਕ ਦੱਸੂ ਕਿ ਜਿੱਤ ਪੱਕੀ ਹੈ, ਲੋਕ ਕੰਮਾਂ ਨੂੰ ਫਤਵਾ ਦਿੰਦੇ ਨੇ ਜਾਂ ਫਿਰ ਨਾ। ਮਾਲਵਾ TV ਦੇ ਲਈ ਭਵਾਨੀਗੜ੍ਹ ਤੋਂ ਰਸ਼ਪਿੰਦਰ ਸਿੰਘ ਦੀ ਰਿਪੋਰਟ, ਧੰਨਵਾਦ।